शेरपुर चौंकी विखे पुजी भौरला वेड की पंचायत खुलियां मोटरां ते आओ देखते हैं की हुंदी है गलबात। सरपंच साहब तुसी भौरला वेड दे मौजूदा सरपंच हैगे आ, आ थोड़े हाथ दे विच एक दरखास्त आ जिहड़ी अज तो 10-15 दिन पहला मोटरां खुलियां ते चलो डेढ़ महीने दा तो पहला जिहड़ियां खुलियां 4-5 मोटरां जिहड़ियां अज खुलियां ओह की कहना चाहोगे उहदे बारे? असी तो सर ये कहना चाहेंगे जिहड़ी साडी दरखास्त आ अज तो 2 महीने डेढ़ महीना पहला असी दित्ती हुई इहदे ते नहीं साडी कारवाई हुई। जो पुलिस प्रशासन का काम बनता इन्हां ने उहदे ते कार्रवाई नहीं की गई। जिहड़ियां अज के साडियां 4 मोटरां फिर खुल गईआं ते असीं तां जिमीदार बंदे इस करके औखे आ तां साडियां तां डेली बाय डेली मोटरां खुली जांदियां। जे पुलिस इहदे ते कोई कार्रवाई करूगी इह ठल तां पैणी ते इह ठल तां पैणी आ जे इह कोई कार्रवाई करन। सानूं तां 1.5-2 महीने च कुसे प्रशासन ने पुछिआ वी नहीं। मोटरां दे कई थावां ते मोटरां खुलियां फट हुईआं इन्हां ने साडी ध्यान च नहीं लिआंदा। जिद्दां तुसीं अज चौंकी शेरपुर आए आ सो इत्थे जिहड़े मुलाजम आ ओह किसे मीटिंग दौरान माछीवाड़ा साहब गए आ जां खन्ना गए होए आ, सो मौजूदा एक ही मुलाजम इत्थे हाजिर आ ते ओह मेरे कहने दा मतलब इह आ जे इत्थे तुहानूं कोई सुनवाई नहीं हुंदी फिर तुसीं किद्दां दा कोई रुख अपना अपनाओगे? देखो सर असीं तां जिथे तक साडी जाण के जाणा पिआ SSP कोले जिथे वी साडी जानकारी दे मुताबिक जावांगे ठीक है असीं इह चोरी नूं घड़ा के रहांगे। तुसीं देख सकदे आ कि किद्दां दी आफत इह किसानां दे उत्ते इह आई होई आ। उस दौरान इह जिहड़ियां मोटरां आ उह चोरां ने इह खोल लईआं हन। आ देखो इह जिहड़ी बॉडी समेत इत्थों जिहड़े चोर आ उह मोटरां नूं खोल के लै गए। खूहियां दे विच्चों वी उतर के जिहड़ियां मोटरां खोल लईआं गईआं। तुसीं अंदाजा ला सकदे आ कि उहनां कोल किस तरह की टैक्नीक होवेगी जिहदे नाल उह मोटरां नूं बहुत जल्दी खोल के ते खूहियां दे विच्चों वी उत्ते कढ लैंदे आ ते जां किसे वी तरह की जिहड़ी मशीनरी आ उस दा यूज करदे होणगे। सो इलाके दे विच काफ़ी जिहड़ा खौफ उह पाया रहा चोरां नूं लै के। राणा जी तुहाडी वी मोटर खुली आ सो की कहना चाहोगे की सरकार नूं तुसीं कहिंदे आ वी की पुलिस नूं की कहना चाहोगे क्योंकि जिहड़ी पुलिस आ ਉਹ ਤੁਹਾਡਾ ਕਹਿਣਾ ਹੈ ਕਿ ਕੋਈ ਕਾਰਵਾਈ ਨਹੀਂ ਹੁੰਦੀ ਪਹਿਲਾਂ ਵੀ ਕੱਚੇ ਮਾਛੂਏੜੇ ਤੋਂ ਕੁਝ ਮੋਟਰਾਂ ਖੁੱਲੀਆਂ? ਸਤਿ ਸ਼੍ਰੀ ਅਕਾਲ ਜੀ, ਸਾਡਾ ਇਹ ਹੈ ਜੀ ਸਾਡੇ ਨਾ ਇੱਧਰ ਭੌਰਲੇ ਬੇੜ ਤੋਂ ਮੈਂ ਜ਼ਮੀਨ ਠੇਕੇ 'ਤੇ ਲਈ ਦੀ ਜੀ। ਉਹ ਠੇਕੇ ਅਸੀਂ ਸਵੇਰੇ ਜੀ ਗੇੜਾ ਮਾਰਨਾ ਇੱਧਰੋਂ ਸਾਡੇ ਇੱਕ ਮੇਰਾ ਦੋਸਤ ਆ ਇੱਕ ਗੁਆਂਢੀ ਆ ਸਾਡੀਆਂ 4 ਮੋਟਰਾਂ ਖੁੱਲੀਆਂ ਜੀ ਗਬਲਾ ਹਿੱਸਾ ਉਹ ਖੋਲ੍ਹ ਕੇ ਲੈ ਗਏ। ਅੱਗੇ ਅਸੀਂ ਆਫਤ ਦੇ ਮਾਰੇ ਹੋਏ ਹਾਂ ਕਣਕਾਂ ਸਾਡੀਆਂ ਹੋ ਗਈਆਂ ਖਤਮ। ਹੁਣ 13ਵਾਂ ਮਹੀਨਾ ਅਸੀਂ ਬਰਸੀਨਾਂ ਨੂੰ ਪਾਣੀ ਨਾਲ ਦੱਸੋ ਅਸੀਂ ਅੱਧੀ ਰਾਤ ਇੱਥੇ ਮੋਟਰ ਦੇ ਬੈਠਣ ਤੋਂ ਰਹੇ ਠੀਕ ਹੈ ਜੀ ਵੀ ਸਾਡਾ ਨਾ ਤਾਂ ਕੋਈ ਪੁਲਿਸ ਹੱਲ ਕਰਦੀ ਆ ਪੁਲਿਸ ਕੋਲ ਜਾਂਦੇ ਕਹਿੰਦਾ ਕੋਈ ਨਾ ਜੀ ਬੰਦੇ ਨਾਂ ਦੱਸ ਦਿਓ ਅਸੀਂ ਫੜ ਲਾਂਗੇ। ਦੱਸੋ ਅਸੀਂ ਕਿਹਦਾ ਨਾਂ ਲੈ ਕੇ ਕਿਹਨੂੰ ਗਰੀਬ ਨੂੰ ਮਰਾ ਦਈਏ ਜਿਹੜਾ ਸਾਡਾ ਨੁਕਸਾਨ ਹੋਇਆ। ਜੀ ਮੈਂ ਤੁਸੀਂ ਜਿਹੜੀ ਪੁਲਿਸ ਆ ਉਹਦੇ ਕੋਲੋਂ ਕੀ ਚਾਹੁੰਦੇ ਆ ਵੀ ਕਿੱਦਾਂ ਦੀ ਉਹ ਤੁਹਾਡੇ ਲਈ ਕੋਈ ਸਹਾਇਤਾ ਕਰੇ? ਸਹਾਇਤਾ ਸਾਡੇ ਚੋਰ ਫੜ ਲੈਣ ਵਾਲੇ ਨੇ ਪਿੰਡਾਂ 'ਚ ਥੈਂਦੇ ਕੈਮਰੇ ਲੱਗੇ ਜੇ ਫੜਨੇ ਹੋਵੇ ਪੁਲਿਸ ਨੇ ਤਾਂ 2 ਘੰਟੇ 'ਚ ਫੜ ਲੈਣੇ ਆ। ਪਰ ਪੁਲਿਸ ਕਾਰਵਾਈ ਕਰ ਨਹੀਂ ਰਹੀ ਜੀ। ਪਹਿਲਾਂ ਵੀ ਮੋਟਰਾਂ ਸਾਡੇ ਕੱਚੇ ਮਛੜ ਦੇ ਖੁੱਲੀਆਂ ਜਦ ਵੀ ਉਹਨਾਂ ਨੇ ਕੁਛ ਨਹੀਂ ਕਾਰਵਾਈ ਕਰੀ ਕਹਿੰਦੇ ਕੋਈ ਨਹੀਂ ਕਰਦੇ ਆ ਬਸ ਆਊ ਮੈਂ ਤਾਂ ਬੈਂਕਾਂ ਨੇ ਮਿੱਟੀ ਝਾੜਤੀ ਚੱਲ ਖਤਮ ਨਹੀਂ ਬੜਿਆ ਕੰਮ। ਸੋ ਸਾਡੇ ਵੀਰ ਆ ਇਹਨਾਂ ਦੀ ਵੀ ਮੋਟਰ ਜਿਹੜੀ ਆ ਉਹ ਖੁੱਲੀ ਆ ਸੋ ਇਹਨਾਂ ਤੋਂ ਵੀ ਪੁੱਛ ਲੈਂਦੇ ਹਾਂ ਕਿ ਮਤਲਬ ਕਿਵੇਂ ਦਾ ਉੱਥੇ ਦੇ ਹਾਲਾਤ ਹੈ ਕਿਵੇਂ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੀ ਮੋਟਰ ਖੁੱਲੀ ਹੈ? ਬਾਈ ਸਤਿ ਸ਼੍ਰੀ ਅਕਾਲ, ਜਦੋਂ ਅਸੀਂ ਕੱਲ੍ਹ ਸ਼ਾਮ ਟਾਈਮ ਗੇੜਾ ਮਾਰ ਕੇ ਗਏ ਸਾਡੀ ਮੋਟਰਾਂ ਬਿਲਕੁਲ ਸਹੀ ਸਲਾਮਤ ਹੀ ਆ ਜੀ ਠੀਕ ਆ ਜੀ। ਪਹਿਲਾਂ ਹੀ ਪਰਮਾਤਮਾ ਨੇ ਸਾਨੂੰ ਬਹੁਤ ਥੱਲੇ ਮਾਰੇ ਤਾਂ ਤੁਸੀਂ ਨਾਲ ਚੱਕ ਕੇ ਤਾਂ ਜਿਹੜਾ ਆਹ ਸਾਡੇ ਪਰ ਨਵਾਂ ਕੰਮ ਹੋਣ ਲੱਗਾ ਇਹ ਸਾਨੂੰ ਜਮ੍ਹਾਂ ਉੱਠਣ ਜੋਗਾ ਨਹੀਂ ਛੱਡਦਾ ਇਹੋ ਜਿਹਾ ਕੰਮ। ਕਿੱਥੋਂ ਬੰਦਾ ਗਰੀਬ ਮੋਟਰ ਲਾ ਕੇ ਲਿਆਊਗਾ ਲਿਆ 25-30 ਹਜ਼ਾਰ ਦੀ ਮੋਟਰ ਪੈਣੀ ਹੈ ਕਿੱਥੋਂ ਲਿਆ ਕੇ ਲਾਊਗਾ ਜੀ 13ਵੇਂ ਮਹੀਨੇ ਦੇ ਵਿੱਚ? ਸੋ ਹੁਣ ਜਿਵੇਂ ਤੁਸੀਂ ਸਾਰੇ ਇਕੱਠੇ ਆ ਘੱਟੋ ਘੱਟ 25-30 ਕਿਸਾਨ ਜਿਹੜੇ ਹੈਗੇ ਆ ਇਹ ਕੈਮਰਾਮੈਨ ਤੁਹਾਨੂੰ ਦਿਖਾ ਦੇਣਗੇ ਹੈ ਨਾ ਮੌਕੇ 'ਤੇ। ਸੋ ਹੁਣ ਤੁਹਾਡਾ ਜਿਹੜਾ ਮੰਤਵ ਆ ਉਹ ਚੌਂਕੀ ਇੰਚਾਰਜ ਕੋਲ ਜਾਣ ਦਾ ਹੈਗਾ ਆ? ਅਸੀਂ ਚੌਂਕੀ ਇੰਚਾਰਜ ਕੋਲ ਜਾਵਾਂਗੇ ਜੀ ਹੁਣ ਠੀਕ ਹੈ ਜੀ। ਦੇਖਦੇ ਹੁਣ ਕਿਆ ਕਾਰਵਾਈ ਕਰਦੇ ਹਾਂ, ਬਾਕੀ ਕੋਈ ਸਾਨੂੰ ਉਮੀਦ ਕੋਈ ਨਹੀਂ ਜੀ। ਅੱਛਾ ਜੀ, ਸਾਨੂੰ ਉਮੀਦ ਕੋਈ ਨਹੀਂ ਪੁਲਿਸ ਪਰ। ਸੋ ਜੇ ਮਤਲਬ ਕਿ ਇਹ ਜਿਹੜੀ ਸ਼ੇਰਪੁਰ ਚੌਂਕੀ ਆ ਜੇ ਇਹ ਕੋਈ ਤੁਹਾਡਾ ਨਹੀਂ ਹੱਲ ਕਰਦੇ ਫਿਰ ਤੁਸੀਂ ਕਿਸੇ ਅੱਗੇ ਵਾਲਾ ਰਸਤਾ ਅਪਣਾਓਗੇ? ਹਾਂ ਜੀ, ਅੱਗੇ ਵਾਲਾ ਰਸਤਾ ਅਪਣਾਵਾਂਗੇ ਜੀ, ਜਾਵਾਂਗੇ ਇਕੱਠੇ। ਕਹਿਣ ਤੋਂ ਭਾਵ ਜਿਵੇਂ ਕੋਈ SSP ਜਾਂ DS? ਜਾਵਾਂਗੇ ਬਿਲਕੁਲ ਜਾਵਾਂਗੇ ਜੀ। ਠੀਕ ਆ ਜੀ। ਸੋ ਇਹ ਕਿਸਾਨਾਂ ਦਾ ਕਹਿਣਾ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਅਤੇ ਜਿਹੜਾ ਇਹਨਾਂ ਹਾਲਾਤ ਇੱਦਾਂ ਦੇ ਹੋ ਚੁੱਕੇ ਆ ਕਿ ਵਾਕਈ ਕਿਸਾਨ ਕੋਲ ਪੈਸਾ ਹੈ ਨਹੀਂ ਨਾ ਉਹਨੂੰ ਅੱਗੇ ਕੋਈ ਪੈਸਾ ਕਿਸੇ ਪਾਸਿਓਂ ਆਉਣ ਦੀ ਉਮੀਦ ਆ। ਸੋ ਵੀਰ ਸਾਡੇ ਹੋਰ ਆ ਇਹਨਾਂ ਦੀ ਵੀ ਮੋਟਰ ਖੁੱਲ੍ਹੀ ਆ ਇਹ ਇਹਨਾਂ ਇਹਨਾਂ ਨਾਲ ਵੀ ਕਰਦੇ ਗੱਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਹਾਕਮ ਸਿੰਘ, ਪਿੰਡ ਭੌਰਲਾ ਵੇਟ ਜੀ।
तो दो तीन लोग मैं बाहर गया था हूँ प्रकाश सिंह ने मैंने फोन करके थोड़ी मोटर खोली आके देखा जी बेच वाला हिस्सा खोल के लै गए थे पहले भी साढ़े भोला बेट के कच्चे माछड़े जमीन पैंती है तीन मोटर खोली है सने पखा सब कुछ लै गए पुलिस ने कोई कार्रवाई नहीं करी है साढ़े पुलिस ने कोई आस नहीं है जी। सो एक गल होर आ जिमें दरखास्त उन्होंने बंद ने लिखाई हुई सी हाँ जी लिखाई हुई थी इन्हें चौकी चार्ज ने फड़ी नहीं है माछड़ साहब देखे आ उन्होंने भी आऊ बताऊ करते कोई सुनवाई नहीं हुई साड़ी नहीं चलो इन जो मौके दे अफसर आ इन्हों जी दरखास्त आड़नी चाहिए सी जानू सीधे रास्ते पाना चाहिए सी कि भाई ऐदा नहीं ऐदा करो ऐदा का कोई एक माछड़ साहब जाओ तुम उत्थे जाके दो कहते रिपोर्ट लिखा के पहले शेरपुर गए उत्थे मिलने सानू कोई भी माछड़ दी कहते रख दो इत्थे असीं सीधा सेंटर लैंदे कहते इत्थे नहीं देणी होणी कहते भी उरे दे होणी दा अच्छा थानू थानू कहा गया इत्थे दे होणी आ इन्हां नू कहा गया कि तुसीं सुविधा केंद्र दो सीधा सेंटर उहदा लैती नहीं जी अच्छा जी ओह कहते थाणे उत्थे माछड़े माछी बैठ दो तुसीं की समझदे आ भी की मसला आ इह कोई मिली भुगत वाली गल आ जां किदां आ जी पता नहीं हुण की गल हुण की चक्कर आ जी ਸਾਨੂੰ ਕੋਈ ਦੱਸ ਨਹੀਂ ਰਹੇ ਕੁਛ ਵੀ ਅਸੀਂ ਸਾਨੂੰ ਕੋਈ ਪੁੱਛਣ ਵੀ ਪੁੱਛਿਆ ਜਾ ਕੇ ਵੀ ਕਹਿੰਦੇ ਸਾਨੂੰ ਕੁਛ ਨਹੀਂ ਪਤਾ ਜੀ ਸਰ ਨਵਾਂ ਦਾ ਨਾਂ ਲਿਖਾਓ ਜੀ ਸੋ ਕਿਸਾਨਾਂ ਦਾ ਕਹਿਣਾ ਆ ਕਿ ਐਵੇਂ ਕਿਸੇ ਦਾ ਨਾਮ ਕਿਵੇਂ ਲਿਖਾ ਦਈਏ ਇਹ ਜਦੋਂ ਕੋਈ ਸੰਕੇਤ ਨਹੀਂ ਮਿਲਦਾ ਸੋ ਇਹ ਤਾਂ ਜਿਹੜੀ ਕਾਰਵਾਈ ਆ ਉਹ ਪੁਲਿਸ ਦੇ ਕਰਨ ਵਾਲੀ ਆ ਪੁਲਿਸ ਹੀ ਆਪਣੇ ਢੰਗ ਦੇ ਨਾਲ ਜਿਹੜੀ ਉਹ ਕਾਰਵਾਈ ਉਹ ਕਰਨ ਤਾਂ ਹੀ ਕੋਈ ਇਹਦਾ ਚੰਗਾ ਨਤੀਜਾ ਨਿਕਲ ਸਕਦਾ ਨਹੀਂ ਤਾਂ ਕਿਸਾਨੀ ਦੀ ਜਿਹੜੀ ਹਾਲਤ ਆ ਉਹ ਦਿਨ ਪਰ ਦਿਨ ਹੋਰ ਖਰਾਬ ਹੋਊਗੀ।